ਨਮਸਕਾਰ, ਮੈਂ ਰਜੋਕਾਰ ਤੇ ਮੈਂ ਬਾਈ ਪਾਸ 0 ਪੁਆਇੰਟ ਤੇ ਮੌਜੂਦ ਹਾਂ ਤੇ ਮੇਰੇ ਨਾਲ ਇਸ ਵਕਤ ਮੌਜੂਦ ਹੈ ਨੂਨ ਲੀਗ ਦੇ ਜ਼ਿਲ੍ਹਾ ਜਨਰਲ ਸੈਕਟਰੀ ਮਾਰ ਸਕਲੈਨ ਜੱਪਾ ਤੇ ਉਹਨਾਂ ਤੋਂ ਪੁੱਛਦੇ ਹਾਂ ਵੀ ਇਹ ਰੋਡ ਕਦੋਂ ਤੱਕ ਬਣ ਜਾਸੀ ਜਾਂ ਇਫਤਤਾਹ ਕਦੋਂ ਸੀ। ਬਿਸਮਿਲ੍ਲਾ ਰਹਿਮਾਨ ਰਹੀਮ, ਬਹੁਤ ਬਹੁਤ ਸ਼ੁਕਰੀਆ ਜੀ ਚੋ ਸਾਹਿਬ। ਇਹ ਜਿਹੜਾ ਗਰੋਡ ਹੈ, ਇਨਸ਼ਾਅੱਲਾ ਤਾਲਾ ਇਹ ਕੰਮ ਇਸ ਰੋਡ ਤੇ ਸ਼ੁਰੂ ਹੋ ਚੁੱਕਾ ਹੈ ਔਰ 200 ਮਿਲੀਅਨ ਦੀ ਟੋਟਲ ਗ੍ਰਾਂਟ ਆਈ, ਜਿਹ 150 ਮਿਲੀਅਨ ਗ੍ਰਾਂਟ ਜਿਹੜੀ ਇਹ ਮਾਰ ਸਕਲੈਨ ਅਨਵਰ ਸਿਪਰਾ ਸਾਹਿਬ ਲੈ ਕੇ ਆਏ ਨੇ। ਇਸ ਤੋਂ ਪਹਿਲੇ ਜਿਹੜੇ ਸਾਡੇ ਕੋਲ ਇੱਥੇ MPA ਔਰ MNA ਸਾਹਿਬ ਹਨ, ਉਹਨਾਂ ਨੇ ਸਿਰਫ ਔਰ ਸਿਰਫ ਪੂਰੇ 4 ਸਾਲ ਦੇ ਦੌਰਾਨੀਏ ਦੇ ਵਿੱਚ 5 ਕਰੋੜ ਰੁਪਈਆ ਸਿਰਫ ਰਿਲੀਜ਼ ਕਰਵਾਇਆ ਔਰ ਕੋਈ ਕੰਮ ਉਹ ਨਹੀਂ ਕਰਵਾ ਸਕੇ, ਹੋਰ ਕੋਈ ਡਿਵੈਲਪਮੈਂਟ ਦੀ ਸਕੀਮ ਨਹੀਂ ਲਿਆ ਸਕੀ ਇਸ ਹਵਾਲੇ ਨਾਲ। ਔਰ ਅੱਜ ਅੱਲਾਹ ਤਾਲਾ ਦੇ ਫਜ਼ਲੋ ਕਰਮ ਨਾਲ ਅਸੀਂ ਗੁਆਉਣੇ ਵਾਲੇ ਜਿਤਨੇ ਵੀ ਸਾਰੇ ਲੋਕ ਹੈ ਬਹੁਤ ਖੁਸ਼ ਹੈ ਕਿ ਸਾਡਾ ਜਿਹੜਾ ਸ਼ਹਿਰ ਹੈ ਉਹ ਸਾਡਾ ਜਿਹੜਾ ਹੈ ਮਸਲਾ ਇੱਕ ਬੜੇ 4 ਸਾਲ ਤੋਂ ਚੱਲਦਾ ਆ ਰਿਹਾ ਜੀ, ਅੱਜ ਹੱਲ ਹੋਣ ਜਾ ਰਿਹਾ। ਔਰ ਅਸੀਂ ਇਸ ਮੌਕੇ ਦੇ ਉੱਤੇ ਮਾਰ ਮੁਹੰਮਦ ਸਕਲੈਨ ਅਨਵਰ ਸਿਪਰਾ ਸਾਹਿਬ ਦਾ ਬਹੁਤ ਬਹੁਤ ਸ਼ੁਕਰੀਆ ਅਦਾ ਕਰਦੇ ਹਾਂ। ਇਹਨਾਂ ਨੇ ਬੜਾ ਅੱਛਾ ਖਾਸਾ ਰੋਡ ਸੀ ਬੁਆਣੇ ਦਾ ਜਿਹੜਾ ਪੱਟਿਆ, ਉਹ ਖਰਾਬ ਕਰਕੇ ਤੇ ਆਪ ਘਰਾਂ ਨੂੰ ਚਲੇ ਗਏ ਨੇ। ਉਸ ਤੋਂ ਬਾਅਦ ਜਿਹੜਾ ਇੱਥੇ ਨੁਕਸਾਨ ਹੋਇਆ ਉਹ ਸਾਰਿਆਂ ਨੂੰ ਪਤਾ ਹੈ, ਬੱਚੇ ਸਾਡੇ ਮਤਲਬ ਅੱਲਾਹ ਨੂੰ ਪਿਆਰੇ ਹੋਏ ਨੇ, ਐਕਸੀਡੈਂਟ ਹੋਏ ਨੇ, ਬਹੁਤ ਬੜਾ ਐਕਸੀਡੈਂਟ ਸੀ। ਅੱਜ ਮੈਂ ਔਰ ਸਕਲੈਨ ਅਨਵਰ ਸਪਰਾ ਨੇ ਇਹ ਮਿਹਰਬਾਨੀ ਕੀਤੀ ਹੈ, ਬੜੀ ਬਹੁਤ ਜ਼ਿਆਦਾ ਉਹਨਾਂ ਦੀ ਇਹ ਮਿਹਰਬਾਨੀ ਹੈ ਕਿ ਉਹਨਾਂ ਨੇ ਇਹ ਗ੍ਰਾਂਟ ਰਿਲੀਜ਼ ਕੀਤੀ ਹੈ ਤੇ ਸਾਨੂੰ ਇਹ ਰੋਡ ਬਣਵਾ ਕੇ ਦੇਣ ਲੱਗੇ ਨੇ। ਇਹ ਪੂਰੇ ਇਲਾਕੇ ਵਾਸਤੇ ਹੈ, ਇੱਕ ਬੰਦੇ ਵਾਸਤੇ ਨਹੀਂ, ਫਿਰਦੇ ਵਾਹਦ ਦਾ ਕੰਮ ਨਹੀਂ ਹੈ। ਇਹ ਜਿਤਨੇ ਬੱਚੇ ਹਨ ਸਾਡੇ ਪੂਰੇ ਬੁਆਣੇ ਦੇ, ਸਾਡੇ ਆਪਣੇ ਬੱਚੇ ਹਨ, ਬੱਚੇ ਸਕੂਲ ਵੀ ਜਾਂਦੇ ਨੇ, ਕਾਲਜਾਂ 'ਚ ਵੀ ਜਾਂਦੇ ਨੇ, ਮੋਟਰਸਾਈਕਲਾਂ 'ਤੇ ਵੀ ਜਾਂਦੇ ਨੇ, ਤੇ ਸਾਡੇ ਵਾਸਤੇ ਤੇ ਬਹੁਤ ਖੁਸ਼ੀ ਦੀ ਬਾਤ ਹੈ ਜੀ। ਉਹਨਾਂ ਨੇ ਮਿਹਰਬਾਨੀ ਕੀਤੀ ਹੈ, ਅੱਲਾਹ ਪਾਕ ਉਹਨਾਂ ਨੂੰ ਇਹਦੀ ਜਜ਼ਾ ਦੇਵੇ, ਉਹ ਫਿਰ ਅੱਗੇ ਵੀ ਉਹਨਾਂ ਨੇ ਬੜੇ ਕੰਮ ਕੀਤੇ ਨੇ, ਮਜ਼ੀਦ ਕਰਨਗੇ ਵੀ ਕੀਤਾ। ਮਿਹਰਬਾਨੀ ਜੀ। ਮਨ ਰਹੀਮ, ਜਿਹੜਾ ਨਾ ਇਹ ਅਸੀਂ ਅੱਜ 0 ਪੁਆਇੰਟ ਬਾਈਪਾਸ 'ਤੇ ਖੜੇ ਹਾਂ, ਇੱਥੇ ਕੰਮ ਦਾ ਨਾ ਸੜਕ ਦਾ ਉਹਦਾ ਸਾਬਕਾ MNA MPA ਸਾਹਿਬ ਨੇ 3-3.5 ਸਾਲ ਸੁੱਤੇ ਰਹੇ, ਕੋਈ ਕੰਮ ਨਹੀਂ ਕਰਵਾਇਆ। ਇੱਥੇ ਬਹੁਤ ਸਾਰੀਆਂ ਵਾਤਾਂ ਹੋਈਆਂ, ਲੋਕ ਬਹੁਤ ਸ਼ਦੀਦ ਬਿਮਾਰ ਹਨ, ਦਮੇ ਦੇ ਮਰੀਜ਼ ਹਨ, ਜਿਹੜੇ ਮੇਨ ਰੋਡ 'ਤੇ ਦੁਕਾਨਾਂ ਵਾਲੇ ਘਰਾਂ ਵਾਲੇ ਬੈਠੇ ਨੇ। ਇਹ ਮਾਰ ਸਕਲੈਨ ਸਾਹਿਬ ਨੇ ਖਸੂਸੀ ਮਿਹਨਤ ਕੀਤੀ ਔਰ ਮਿਹਨਤ ਨਾਲ ਉਹਨਾਂ ਦਾ ਮਿਹਨਤ ਦਾ ਸਾਨੂੰ ਸ਼ਹਿਰਾਂ ਨੂੰ ਸਿਲਾ ਮਿਲਿਆ ਕਿ ਉਹਨਾਂ ਨੇ ਇਹ ਗ੍ਰਾਂਟ ਦੁਬਾਰਾ ਰਿਲੀਜ਼ ਕਰਾਈ ਔਰ ਇਹ ਰੋਡ ਦਾ ਕੰਮ ਸ਼ੁਰੂ ਹੋ ਗਿਆ ਔਰ 30 ਜੂਨ ਤੱਕ ਇਨਸ਼ਾਅੱਲਾ ਮੁਕੰਮਲ ਹੋ ਜਾਏਗਾ। ਉਸ ਤੋਂ ਬਾਅਦ ਲੋਕ ਇਹ ਸਵਾਲ ਉਠਾਉਂਦੇ ਪੈਣ ਜੀ ਅੱਗੇ ਇਹ ਮਾਰ ਸਾਹਿਬ ਨੇ ਕਿਵੇਂ ਰਿਲੀਜ਼ ਕਰਾਈ। ਮਾਰ ਸਾਹਿਬ ਨੇ ਆਪਣੀ ਮਿਹਨਤ ਨਾਲ ਰਿਲੀਜ਼ ਕਰਾਈ, ਜਿਹੜੇ ਸਾਬਕਾ MPA ਜਾਂ MNA ਹਨ 4 ਸਾਲ ਉਹ ਸੁੱਤੇ ਰਹੇ, ਉਹਨਾਂ ਕੋਲ ਰਿਲੀਜ਼ ਨਾ ਹੋਈ ਗਈ, ਮਾਰ ਸਾਹਿਬ ਨੇ ਕਰਵਾ ਲਈ। ਉਸ ਤੋਂ ਇਲਾਵਾ ਮਾਰ ਸਾਹਿਬ ਦੇ ਕੰਮ ਵੇਖ ਲਓ, ਸੇਵਰੇਜ ਜਿਹੜੀ ਸ਼ਹਿਰ ਦੀ ਮੇਨ ਆ ਉਹ ਮਾਰ ਸਾਹਿਬ ਨੇ ਦਿੱਤੀ, THQ ਹਸਪਤਾਲ ਦੀ ਗ੍ਰਾਂਟ ਮਾਰ ਸਾਹਿਬ ਨੇ ਦਿੱਤੀ, 1122 ਮਾਰ ਸਾਹਿਬ ਨੇ ਦਿੱਤਾ। ਉਸ ਤੋਂ ਇਲਾਵਾ ਸ਼ਹਿਰ ਦੇ ਵਿੱਚ ਬਾਕੀ ਜਿਹੜੇ ਸ਼ਹਿਰ ਦੇ ਅੰਦਰੂਨ ਸ਼ਹਿਰ ਕੰਮ ਸੋਲੰਗਾਂ ਦੇ, ਨਾਲੀਆਂ ਦੇ, ਉਹ ਸਾਰੇ ਮਾਰ ਸਾਹਿਬ ਨੇ ਕਰਵਾਏ। ਇਹ ਸਾਡੇ MPA MNA ਆਪਣੀ ਕਾਰਗਰਦਗੀ ਲਿਆ ਕੇ ਆਵਾਮ ਦੇ ਸਾਹਮਣੇ ਰੱਖੇ ਜੋ ਇਹਨਾਂ 4 ਸਾਲਾਂ ਦੌਰ ਦੇ ਵਿੱਚ ਕੀ ਕੰਮ ਕੀ ਕਰਵਾਇਆ ਹੈ। ਜਿਹੜੇ ਲੋਕ ਉਂਗਲੀਆਂ ਉਠਾ ਰਹੇ ਨੇ, ਇਹਨਾਂ ਨੂੰ ਚਾਹੀਦਾ ਉਹਨਾਂ 'ਤੇ ਉਂਗਲੀਆਂ ਉਠਾਵੇ ਜੋ 4 ਸਾਲ ਉਹ ਕਿੰਨਾ ਕੀ ਕਰਾਇਆ ਸ਼ਹਿਰ ਨਾਲ, ਉਹਨਾਂ ਸ਼ਹਿਰ ਨਾਲ ਕੀ ਕੀਤਾ, ਬਲਕਿ ਅਸੀਂ ਮੈਂ ਤਾਂ ਕਹਿੰਦਾ ਉਹਨਾਂ 4 ਸਾਲ ਸ਼ਹਿਰ ਨਾਲ ਜ਼ੁਲਮ ਕੀਤਾ ਹੈ ਔਰ ਲੋਕਾਂ ਨੂੰ ਬਿਮਾਰ ਕੀਤਾ ਹੈ, ਲੋਕਾਂ ਨੂੰ ਮਾਰਿਆ, ਲੋਕਾਂ ਨਾਲ ਕੀ ਕੀ ਜ਼ੁਲਮ ਕੀਤੇ ਨੇ। ਉਹ 4 ਸਾਲ ਵੋਟ ਉਹਨਾਂ ਇਸ ਆਵਾਮ ਕੋਲ ਲੈ ਕੇ ਮੁੰਤਖਬ ਨੁਮਾਇੰਦਾ ਇਹਨਾਂ ਆਵਾਮ ਨੇ ਉਹਨਾਂ ਨੂੰ ਬਣਾਇਆ ਸੀ, ਲੇਕਿਨ ਆਵਾਮ ਨੇ ਉਹਨਾਂ ਦਾ ਕੋਈ ਖਿਆਲ ਨਹੀਂ ਕੀਤਾ ਜੀ। ਜਿਹੜੀ ਸ਼ਹਿਰ ਦੀਆਂ ਨੌਕਰੀਆਂ ਸੀ ਮਿਊਂਸਪਲ ਕਮੇਟੀ ਦੀਆਂ, ਉਹ ਖਾਕ ਰੋਪਾ ਵਾਲੀਆਂ, ਉਹ ਅਗਾ ਰਿਸ਼ਵਤ ਲੈ ਕੇ ਅਗਾ ਵੇਚ ਛੱਡੀਆਂ। ਸਾਡੇ MPA ਤੇ MPA ਸਾਹਿਬ ਨੇ ਇਹ ਕੰਮ ਕੀਤਾ, ਉਹਨਾਂ ਦੇ ਹਵਾਰੀਆਂ ਨੇ ਇਹ ਕੰਮ ਕੀਤੇ, ਇਹ ਸ਼ਹਿਰ ਨਾਲ ਕੀ ਕੀਤਾ, ਤੁਹਾਨੂੰ ਲਾਵਾਰਸ ਕਰਕੇ ਛੱਡ ਦਿੱਤਾ ਇਸ ਸ਼ਹਿਰ ਨੂੰ। ਇਹ ਮਾਰ ਸਕਲੈਨ ਸਾਹਿਬ ਦਾ ਅਸੀਂ ਸ਼ੁਕਰੀਆ ਵੀ ਅਦਾ ਕਰਦੇ ਹਾਂ ਔਰ ਉਹਨਾਂ ਨੂੰ ਸਲਿਊਟ ਵੀ ਕਰਦੇ ਹਾਂ ਇਸ ਗੱਲ ਦਾ ਜੋ ਉਹਨਾਂ ਨੇ ਇਸ ਬਾਣੇ ਦਾ ਖਿਆਲ ਰੱਖਦੇ ਹੋਇਆ ਇਸ ਬਾਣੇ ਦੀ ਇਹ ਗ੍ਰਾਂਟ ਬਹਾਲ ਕਰਾਈ ਔਰ ਇਸ ਰੋਲ ਨੂੰ ਦੁਬਾਰਾ ਇਹਦਾ ਕੰਮ ਸ਼ੁਰੂ ਹੋ ਗਿਆ ਔਰ ਇਨਸ਼ਾਅੱਲਾ ਮੁਕੰਮਲ ਵੀ ਹੋ ਜਾ ਸੀ 30 ਜੂਨ ਤੱਕ। ਔਰ ਉਸ ਤੋਂ ਬਾਅਦ ਉਹ ਵੈਸੇ ਵੀ ਬੁਆਣੇ ਦੇ ਵਿੱਚ ਉਹਨਾਂ ਨੇ ਬਹੁਤ ਕੰਮ ਅੱਗੇ ਵੀ ਕਰਵਾਏ ਨੇ, ਤੁਹਾਡੇ ਸਾਹਮਣੇ ਸਾਰੇ ਜਿਹੜੇ ਮੈਂ ਅੱਗੇ ਗਿਣਵਾਏ ਨੇ ਤੇ ਮਜ਼ੀਦ। 19 ਜੁਲਾਈ 2021 ਤੋਂ ਇਹ ਰੋਡ ਦਾ ਕੰਮ ਸ਼ੁਰੂ ਹੋਇਆ, ਲੇਕਿਨ ਕੰਮ ਮੁਕੰਮਲ ਨਹੀਂ ਹੋ ਸਕਿਆ, 2 ਸਾਲ ਦਾ ਅਰਸਾ ਹੋ ਗਿਆ ਤੇ ਹੁਣ ਜਿਹੜੀ ਆਵਾਮ ਦਾ ਆਖਣਾ ਹੈ ਵੀ ਅਸੀਂ ਸ਼ੁਕਰੀਆ ਅਦਾ ਕਰਦੇ ਹਾਂ ਸਪੈਸ਼ਲੀ ਤੌਰ ਤੇ ਮਾਰ ਸਕਲੈਨ ਅਨਵਰ ਸਿਪਰਾ ਦਾ, ਜਿਨ੍ਹਾਂ ਦੀ ਕੋਸ਼ਿਸ਼ ਨਾਲ ਇਹ ਰੋਡ ਦਾ ਕੰਮ ਸ਼ੁਰੂ ਹੋ ਗਿਆ ਜੀ।